500 ਸਾਲਾਂ ਦੇ ਵਿੱਚ ਸਿੱਖਾਂ ਨੇ ਬਹੁਤ ਹੀ ਕੁਝ ਦੇਖਿਆ ਉੱਪਰ ਏਠਾਂ ਜਿਹਦੇ ਵਿੱਚ ਕਈਆਂ ਲੋਕਾਂ ਨੇ ਆਪਣੇ ਉੱਤੇ ਰਾਜ ਕੀਤਾ ਦਬਾ ਕੇ ਰੱਖਿਆ ਪਰ ਫਿਰ ਵੀ ਆਪਣੇ 'ਚ ਕਾਫੀ ਜ਼ੋਰ ਹੈ ਕੀ ਕੀ ਕਹੇ ਕੀ ਚੀਜ਼ ਹੈ ਕੀ ਖੂਬੀ ਤੁਹਾਨੂੰ ਸਿੱਖੀ ਇੱਕ ਐਸੀ ਹੈ ਜੀ ਕਿ ਇਹਨੂੰ ਵੱਡ ਵੱਡ ਹਾਰ ਗਏ ਕਈ ਮਨੂ ਵਰਗੇ ਅੰਬ ਗਏ ਸੂਲੀ ਚਾੜ ਕੇ ਤੇ ਖੰਨੂ ਵਰਗੇ ਧੜ ਤੋਂ ਲੈ ਕੇ ਡਿੱਗ ਪਊ ਸਿਰ ਨਹੀਂ ਉਹ ਚੁੱਕਣਾ ਪੰਥ ਖਾਲਸਾ ਜ਼ਾਲਮੋ ਮਾਰਿਆ ਨਹੀਂ ਮੁੱਕਣਾ ਮਤਲਬ ਇਹਨੂੰ ਇਹ ਸਿੱਖੀ ਜਾਤੀ ਸ਼ੁਰੂ ਹੋਈ ਆ ਉਹਨੂੰ ਕਈ ਮਾਰਨ ਵਾਲੇ ਆਏ ਕਈ ਇੱਥੇ ਇਹਦੇ ਉੱਤੇ ਅਟੈਕ ਹੋਏ ਕਈ ਵਾਰੀ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ ਪਰ ਸਿੱਖੀ ਦਾ ਬੂਟਾ ਜਿਹੜਾ ਉਹ ਹਮੇਸ਼ਾ ਹੀ ਉਹਦੀਆਂ ਜੜ੍ਹਾਂ ਬਹੁਤ ਪਤਾਲ 'ਚ ਨੇ ਔਰ ਉਹ ਹਮੇਸ਼ਾ ਹੀ ਇਸੇ ਤਰ੍ਹਾਂ ਵਾਧਾ ਫੁੱਲਦਾ ਰਿਹਾ ਔਰ ਆਉਣ ਵਾਲੇ ਸਮੇਂ ਵਿੱਚ ਵੀ ਵਾਧਾ ਫੁੱਲਦਾ ਰਿਹਾ। ਬਹੁਤ ਬਹੁਤ ਸ਼ੁਕਰੀਆ। ਹੁਣ ਤੁਸੀਂ ਇੱਕ ਸ਼ਬਦ ਮੈਂ ਜੀ ਧਾਰਮਿਕ ਗੀਤ ਪੇਸ਼ ਕਰ ਰਿਹਾ। ਹਾਂਜੀ ਸਭ ਤੋਂ ਪਹਿਲਾਂ ਤਾਂ ਬੀਬੀਸੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਬੀਬੀਸੀ ਹਮੇਸ਼ਾ ਹੀ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਉਦੋਂ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਕਵਰ ਕਰਦੇ ਹੈ ਔਰ ਬੜੇ ਢੰਗ ਦੇ ਨਾਲ ਪ੍ਰੋਗਰਾਮ ਸਾਰੇ ਪੇਸ਼ ਕੀਤੇ ਜਾਂਦੇ ਆ। ਸਪੈਸ਼ਲੀ ਤੁਹਾਡਾ ਵੀ ਤੁਸੀਂ ਬੜੇ ਆਪਣੇ ਹਰੇਕ ਪ੍ਰੋਗਰਾਮ ਨੂੰ ਅੱਜ ਸਪੈਸ਼ਲ ਪ੍ਰੋਗਰਾਮ ਕਰਨ ਆਏ ਹੋ। ਮੈਂ ਧਾਰਮਿਕ ਗੀਤ ਪੇਸ਼ ਕਰਨ ਲੱਗਾ। ਸਭ ਤੋਂ ਪਹਿਲਾਂ ਗੁਰੂ ਜੀ ਦੇ ਜੋ ਸਿੰਘ ਸੀ ਉਹ ਇੱਕ ਦਿਨ ਇਕੱਠੇ ਹੋ ਕੇ ਅਮਰ ਜੀ ਜੀ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ ਕਿ ਦਾਤਿਆ ਤੂੰ ਤਾਂ ਸਾਰਾ ਪਰਿਵਾਰ ਮਾਰ ਦਿੱਤਾ, ਤੇਰੀ ਸਿਫਤ ਨਹੀਂ ਕੀਤੀ ਜਾ ਸਕਦੀ। ਤੇ ਗੁਰੂ ਗੋਬਿੰਦ ਸਿੰਘ ਅੱਗੇ ਉਹ ਕੀ ਕਹਿ ਰਹੇ ਉਹ ਸ਼ੇਰ ਰਾਹੀਂ ਮੈਂ ਪੇਸ਼ ਕਰਾਂ। ਕਹਿੰਦੇ ਦੇਸ਼ ਦਾ ਕੋਈ ਸਹਾਰਾ ਨਹੀਂ ਸੀ ਤਾਈਓ ਪਿਤਾ ਦਾ ਸਲ ਸਹਾਰਿਆ ਮੈਂ, ਗੁਜਰੀ ਮਾਂ ਗੁਜਰੀ ਤਾਵੀ ਸ਼ੰਗ ਅੰਦਰ ਜਿਵੇਂ ਗੁਜਰਿਆ ਵਕਤ ਗੁਜ਼ਾਰਿਆ ਮੈਂ, ਪੁੱਤ ਚਾਰ ਬਖਸ਼ੇ ਪਰਮਾਤਮਾ ਨੇ ਜੋੜਾ ਜੋੜਾ ਕਰਕੇ ਵਾਰਿਆ ਮੈਂ, ਮੈਨੂੰ ਮਤ ਸ਼ਹਿਰ ਸ਼ਾਹ ਕੋ ਸਿੰਘੋ ਤੂੰ ਕਿਸਤਾ ਨਾਲ ਤੇ ਕਰਜ ਉਤਾਰਿਆ। ਕਿਸੇ ਆਰਟਿਸਟ ਨੂੰ ਸ਼ਾਇਦ ਨੂੰ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਬਣਾਓ ਔਰ ਉਹ ਜਿਹੜਾ ਆਰਟਿਸਟ ਹੈ ਉਹਦੀ ਜਵਾਨੀ ਕੀ ਹੈ, ਉਹ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਜੋ ਮੈਂ ਤਸਵੀਰ ਬਣਾਉਣ ਲੱਗਦਾ ਤੇ ਮੇਰੇ ਤੋਂ ਉਹ ਜਲਾਓ ਉਹ ਉਹਨਾਂ ਦੀ ਸ਼ਕਲ ਬਣਾਈ ਨਹੀਂ ਜਾਂਦੀ ਕਿਉਂਕਿ ਮੇਰੇ ਰੰਗ ਜੋ ਬਨਾਉਟੀ ਹੈ ਜੋ ਉਹਨਾਂ ਦੀ ਅੱਖਾਂ 'ਚ ਮਸਤੀ ਸੀ ਜੋ ਉਹਨਾਂ ਦੇ ਚਿਹਰੇ 'ਤੇ ਨੂਰ ਸੀ ਉਹ ਮੈਂ ਬਣਾ ਨਹੀਂ ਸਕਦਾ। ਉਹ ਬਿਜਲੀ ਦੀਆਂ ਲਾਈਨਾਂ ਪੇਸ਼ ਕਰਦਾ। ਉਸ ਨੀਲੇ ਘੋੜੇ Thank you.
ਸ਼ੀਰ ਮੈਂ।